ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ। ਇਹ ਹਰ ਕਿਸਮ ਦੀਆਂ ਡੈਂਟਲ ਤੇ ਫੇਸ਼ੀਅਲ ਇਰੈਗੂਲੈਰਿਟੀਜ਼ ਦੀ ਜਾਂਚ ਕਰਕੇ ਇਲਾਜ ਕਰਦੇ ਹਨ ਤੇ ਰੋਕਥਾਮ ਦੇ ਤਰੀਕੇ ਦੱਸਦੇ ਹਨ। ਸਾਫ਼ ਸੁਥਰੇ ਮਾਹੌਲ ਤੇ ਲੇਟੈਸਟ ਮਸ਼ੀਨਸ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ। ਇਲਾਜ ਕਰਾਓ ਤੇ ਏਅਰ ਮਾਈਲਸ ਵੀ ਪਾਓ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਗਿਲਫਰਡ ਆਰਥੋਡੋਂਟਿਕ ਸੈਂਟਰ, 604-599-2212 या लैंगली ऑर्थोडॉन्टिक्स 604-533-6896। पिछले 20 सालों तो इमिग्रेशन लॉ दी प्रैक्टिस कर रहे मार्क एंड कंपनी लॉ कॉर्पोरेशन तुहानू हर एक किस्म दी सेवावां प्रदान करदे हन। यह लॉ सोसाइटी ऑफ बीसी दे मेंबर भी हन, जिस कारण तुहाडे नाल धोखा होने का सवाल ही पैदा नहीं होंदा। मैं इसने देव हूं, मैं पंजाबी हिंदी बोलदी हां। अपने रिश्तेदारां नूं यकीनन तौर ते कैनेडा बुलाण लई अज ही लिंडा मार्क नाल गल करो। Our commitment to you is our professional services with integrity and dedication. आज ही फोन करो 604-588-9800। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅਸੀਂ ਮਿਸਟਰ ਬਲਵੰਤ ਸਿੰਘ ਹੇੜਾ ਨਾਲ, ਜਿਹੜੇ ਕਿ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਨ। ਇਹਨਾਂ ਵੱਲੋਂ ਲੰਬੇ ਸਮੇਂ ਤੋਂ ਜੱਦੋਜਹਿਦ ਕੀਤੀ ਜਾ ਰਹੀ ਸੀ ਕਿ ਲੋਕਾਂ ਵਿੱਚ ਜਾ ਕੇ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿ ਆਪਣੀ ਬੋਲੀ, ਮਾਂ ਬੋਲੀ ਜੋ ਹੈ ਪੰਜਾਬੀ, ਉਸ ਨਾਲ ਤੁਸੀਂ ਜੁੜੋ ਅਤੇ ਉਸਨੂੰ ਕਿਸ ਤਰੀਕੇ ਨਾਲ ਵਿਕਸਿਤ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਸੈਂਸਿਸ ਕੈਨੇਡਾ ਵੱਲੋਂ ਕੁਝ ਰਿਜ਼ਲਟਸ ਕੱਢੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਪੰਜਾਬੀ ਜੋ ਹੈ ਤੀਸਰੇ ਨੰਬਰ 'ਤੇ ਕੈਨੇਡਾ 'ਤੇ ਆ ਗਈ ਹੈ। ਅਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਬਲਵੰਤ ਸਿੰਘ ਹੇੜਾ ਅਤੇ ਉਹਨਾਂ ਦੀ ਟੀਮ ਨੂੰ, ਜਿਨ੍ਹਾਂ ਵੱਲੋਂ ਜੱਦੋਜਹਿਦ ਕਰਕੇ ਇਹ ਕੋਸ਼ਿਸ਼ ਕੀਤੀ ਗਈ ਅਤੇ ਦੱਸਿਆ ਗਿਆ ਲੋਕਾਂ ਨੂੰ ਕਿ ਅਸੀਂ ਤਦ ਹੀ ਵਿਕਸਿਤ ਹੋ ਸਕਦੇ ਜੇਕਰ ਆਪਣੀ ਮਾਂ ਬੋਲੀ ਨਾਲ ਜੁੜੀਏ। ਆਓ ਉਸੇ ਸੰਬੰਧ ਵਿੱਚ ਕੁਝ ਜਾਣਕਾਰੀ ਲੈਂਦੇ ਹਾਂ ਬਲਵੰਤ ਸਿੰਘ ਹੇੜਾ ਜੀ ਤੋਂ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਬਾਦ। ਤੁਹਾਨੂੰ ਵੀ ਮੁਬਾਰਕਬਾਦ ਜੀ, ਬਿਲਕੁਲ ਸਾਰਿਆਂ ਨੇ ਆਪਣਾ ਰਲ ਮਿਲ ਕੇ ਹੰਭਲਾ ਮਾਰਿਆ। ਐਬਸੋਲੂਟਲੀ। ਸੋ ਜਿਹੜਾ ਹੁਣ ਸੈਂਸਿਸ ਕੈਨੇਡਾ ਨੇ ਜਿਹੜੇ ਇਹ ਰਿਪੋਰਟ ਕੱਢੀ ਉਹਦੇ ਸੰਬੰਧ ਵਿੱਚ ਵਿਸਥਾਰ ਵਿੱਚ ਦੱਸੋ ਕਿ ਕਿਸ ਤਰੀਕੇ ਨਾਲ ਕੀ ਜਿਹੜੇ ਰਿਪੋਰਟਸ ਆਈਆਂ। 460,000 ਲੋਕਾਂ ਨੇ ਇਹ ਡਿਕਲੇਅਰ ਕੀਤਾ ਕਿ ਉਹਨਾਂ ਦੀ ਬੋਲੀ, ਮਾਂ ਬੋਲੀ ਜਿਹੜੀ ਹੈ ਪੰਜਾਬੀ ਹੈ। ਹਾਂਜੀ, ਕੀ ਇਹ ਸਟੈਟਿਸਟਿਕਸ ਦੱਸ? ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਹਰਪ੍ਰੀਤ ਜੀ ਕਿ ਇਸ ਵੇਲੇ ਆਪਣੀ ਪੰਜਾਬੀ ਮਾਂ ਬੋਲੀ ਤੀਜੇ ਨੰਬਰ 'ਤੇ ਆ ਗਈ ਆ। ਇੰਗਲਿਸ਼ ਪਹਿਲਾਂ, ਫਿਰ ਨੰਬਰ 2 ਫਰੈਂਚ, ਨੰਬਰ 3 ਪੰਜਾਬੀ। ਦੂਸਰੇ ਪਿਛਲੀ ਵਾਰ ਆਪਾਂ ਨੰਬਰ 6 'ਤੇ ਸੀਗੇ। ਓਕੇ। 367,505 ਕੈਨੇਡੀਅਨਜ਼ ਨੇ ਪੰਜਾਬੀ ਲਿਖੀ ਸੀ। ਇਸ ਸਾਲ 460,000 ਆ ਇਸ ਵਾਰ। ਔਰ ਸਾਨੂੰ ਇਹ ਹਾਲੇ ਤਾਂ ਇਹ ਵੀ ਉਮੀਦ ਹੈ ਕਿ ਹਾਲੇ ਕਾਫੀ ਆਪਣੇ ਹੋਰ ਪੰਜਾਬੀ ਭੈਣ ਭਰਾ ਹੈਗੇ ਜਿਹਨਾਂ ਨੇ ਲਿਖੀ ਨੇ, ਸੋ ਉਹ ਵੀ ਆਪਾਂ ਕੋਸ਼ਿਸ਼ ਕਰ ਨੈਕਸਟ ਸੈਂਸਿਸ ਲਈ। ਸੋ ਹੁਣ ਆਪਾਂ ਨੰਬਰ 3 'ਤੇ ਆ ਗਏ ਹਾਂ, ਇਸ ਲਈ ਸਾਨੂੰ ਬਹੁਤ ਖੁਸ਼ੀ ਆ। ਔਰ ਮੈਂ ਆਪਣੀ ਸਾਰੀ ਕਮਿਊਨਿਟੀ ਨੂੰ ਵਧਾਈ ਦਿੰਦਾ ਇਸ ਬਾਰੇ। ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਤਕਰੀਬਨ 20 ਸਾਲ ਤੋਂ ਪਲੀ ਕੋਸ਼ਿਸ਼ਾਂ ਕਰ ਰਹੀ ਆ, ਅਸੀਂ ਪੰਜਾਬੀ ਦੀ ਹਰ ਪੱਖੋਂ ਚਾਹੁੰਦੇ ਹਾਂ ਵੀ ਤਰੱਕੀ ਹੋਵੇ। ਔਰ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਪ੍ਰੀਤ ਜੀ ਅੱਜ ਕੱਲ੍ਹ ਸਾਈਨਾਂ ਵੀ ਕਾਫੀ ਪੰਜਾਬੀ 'ਚ ਲੱਗ ਰਹੀਆਂ ਹਨ ਅਤੇ ਲੋਕ ਪੇਰੈਂਟਸ ਵੀ ਕਾਫੀ ਅੱਜ ਕੱਲ੍ਹ ਅਵੇਅਰ ਹੋ ਰਹੇ ਆ, ਬੱਚਿਆਂ ਨੂੰ ਵੀ ਇਨਕਰੇਜ ਕਰ ਰਿਹਾ। ਸੋ ਬਹੁਤ ਖੁਸ਼ੀ ਦੀ ਗੱਲ ਆ। ਔਰ ਇਸ ਵੇਲੇ 3 ਸੂਬੇ ਆ ਜਿਹੜੇ ਹਰਪ੍ਰੀਤ ਜੀ ਆਪਣੇ ਪੰਜਾਬੀ ਦੇ ਮੋਹਰੀ ਆ। ਬੀ ਸੀ ਵਿੱਚ ਤਕਰੀਬਨ 193,000 ਪੰਜਾਬੀ ਆ। ਓਕੇ। ਸੋ ਆਪਾਂ ਨੰਬਰ 1 ਆ ਸਟਿਲ। ਠੀਕ ਹੈ। ਓਨਟੇਰੀਓ ਵਿੱਚ 174,000 ਦੇ ਕਰੀਬ ਆ। ਅੱਛਾ ਜੀ। ਨੰਬਰ 2 ਜੀ ਤੇ ਅਲਬਰਟਾ 50,000 ਦੇ ਕਰੀਬ ਆ ਨੰਬਰ 3। ਸੋ ਤਿੰਨੇ ਸੂਬੇ ਇਸ ਵੇਲੇ ਪੰਜਾਬੀ 'ਚ ਮੋਹਰੀ ਆ। ਦੂਸਰਿਆਂ ਸੂਬਿਆਂ 'ਚ ਵੀ ਕੁਛ ਹੈ ਪੰਜਾਬੀ, ਲੇਕਿਨ ਗਿਣਤੀ ਥੋੜ੍ਹੀ ਆ। ਪਰ ਆਪਣੇ ਤਿੰਨੇ ਸੂਬੇ ਜਿਹੜੇ ਇਹਨਾਂ 'ਚ ਪੰਜਾਬੀ ਦੀ ਕਾਫੀ ਮੁੱਖਤ ਆ ਹੁਣ ਇਸ ਵੇਲੇ ਜੀ। ਔਰ ਇਹਦੇ ਨਾਲ ਹਰਪ੍ਰੀਤ ਜੀ ਕਈਆਂ ਗੱਲਾਂ ਵਿੱਚ ਫਰਕ ਪੈਂਦਾ। ਪਹਿਲੀ ਗੱਲ ਤਾਂ ਇਹ ਕਿ ਨੈਸ਼ਨਲ ਲੈਵਲ 'ਤੇ ਇਸ ਵੇਲੇ ਪੰਜਾਬੀ ਕਾਫੀ ਰੈਕੋਗਨਾਈਜ਼ ਕੀਤੀ ਜਾ ਰਹੀ ਆ। ਰਾਈਟ। ਔਰ ਜਿਹੜੇ ਇੰਪਲੋਇਰਸ ਆ, ਈਵਨ ਗਵਰਨਮੈਂਟ ਸਰਵਿਸਿਜ਼ ਵੀ ਆ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਪੰਜਾਬੀ ਤੀਜੇ ਨੰਬਰ 'ਤੇ ਆ, ਇਸ ਕਰਕੇ ਅਸੀਂ ਪੰਜਾਬੀ ਕਮਿਊਨਿਟੀ ਲਈ ਸਰਵਿਸਿਜ਼ ਵਗੈਰਾ ਵੀ ਪੰਜਾਬੀ 'ਚ ਕੋਸ਼ਿਸ਼ ਕਰੀਏ। ਰਾਈਟ। ਜਿਵੇਂ ਤੁਸੀਂ ਜਾਣਦੇ ਹੋ ਕਿ ਅੱਗੇ ਵੀ ਗਵਰਨਮੈਂਟ ਦੀਆਂ ਕੋਈ ਕੋਈ ਨਿਊਜ਼ ਲੈਟਰ ਆਉਂਦੇ ਜਾਂ ਕੁਛ ਪੰਜਾਬੀ 'ਚ ਵੀ ਹੁਣ ਟ੍ਰਾਂਸਲੇਸ਼ਨ ਕਰਵਾਉਂਦੇ ਆ। ਇਸੇ ਤਰ੍ਹਾਂ ਇੰਪਲੋਇਰਸ ਆ ਜਿਹੜੇ, ਉਹ ਪੰਜਾਬੀ 'ਚ ਸਿਟੀ ਹਾਲ ਵਗੈਰਾ ਨੋਟਿਸ ਪੰਜਾਬੀ 'ਚ ਆਉਂਦੇ ਆ। ਸੋ ਅਸੀਂ, ਸਾਨੂੰ ਉਮੀਦ ਆ ਕਿ ਇਸ ਤੋਂ ਵੀ ਜ਼ਿਆਦਾ ਪੰਜਾਬੀ ਦੀ ਹੁਣ ਯੂਨੋ ਬੱਲੇ ਬੱਲੇ ਹੋਵੇਗੀ। ਓਕੇ। ਹੁਣ ਇਹਦੇ 'ਚ ਆਉਂਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਇਹ ਯਤਨ ਕੀਤਾ ਕਿ ਪੰਜਾਬੀਆਂ ਵਿੱਚ ਜਾ ਕੇ ਇਸ ਚੀਜ਼ ਬਾਰੇ ਉਹਨਾਂ 'ਚ ਇਹ ਅਵੇਅਰਨੈਸ ਕ੍ਰੀਏਟ ਕੀਤੀ ਕਿ ਜਦੋਂ ਸੈਂਸਸ ਹੋਣਾ ਹੈ ਤਾਂ ਉਸ ਸਮੇਂ ਤੁਸੀਂ ਜ਼ਰੂਰ ਆਪਣੀ ਬੋਲੀ ਜਿਹੜੀ ਹੈਗੀ ਉਹ ਪੰਜਾਬੀ ਲਿਖਾਓ, ਜੇਕਰ ਤੁਹਾਡੀ ਮਾਂ ਬੋਲੀ ਹੈਗੀ ਹੈ। ਹਾਂਜੀ। ਯੰਗਸਟਰਸ ਦੇ ਵਿੱਚ ਵੀ ਕੀ ਇਹ ਮੈਸੇਜ ਜਿਹੜਾ ਹੈਗਾ, ਜਿਸ ਤਰ੍ਹਾਂ ਕਾਫੀ ਸਾਰੇ ਸਕੂਲਸ ਦੇ ਵਿੱਚ ਤੁਸੀਂ ਇਹ ਕੋਸ਼ਿਸ਼ਾਂ ਕਰ ਰਹੇ ਹੈਗੇ ਹੋ ਕਿ ਪੰਜਾਬੀ ਲਾਗੂ ਹੋਵੇ, ਪਰ ਕਈ ਥਾਵਾਂ ਦੇ ਉੱਤੇ ਇਹ ਵੀ ਚੈਲੇਂਜਸ ਆ ਰਹੇ ਸੀ ਕਿ ਜਿੱਥੇ ਜ਼ਿਆਦਾ ਪੰਜਾਬੀ ਆਬਾਦੀ ਹੈ ਉੱਥੇ ਉਹਨੇ ਸਟੂਡੈਂਟਸ ਲੈ ਨਹੀਂ ਰਹੇ ਪੰਜਾਬੀ, ਜਿਸ ਕਾਰਨ ਸਕੂਲਸ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਬੰਦ ਕੀਤੀ ਜਾ ਰਹੀ ਸੀ। ਸੋ ਉਹਦੇ ਸੰਬੰਧ ਵਿੱਚ ਹੁਣ ਤੁਸੀਂ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਅਤੇ ਹੁਣ ਫਿਊਚਰ ਤੁਹਾਡਾ ਪਲੀ ਵੱਲੋਂ ਕਿਸ ਤਰੀਕੇ ਨਾਲ ਕੋਸ਼ਿਸ਼ਾਂ ਹੋਣਗੀਆਂ ਕਿ ਹੋਰ ਪੰਜਾਬੀ ਨਾਲ ਲੋਕਾਂ ਨੂੰ ਜੋੜਿਆ ਜਾ ਸਕੇ? ਹੁਣ ਕਾਫੀ ਹੋਰ ਜੁੜ ਰਹੇ ਆ। ਇੱਕ ਹਰਪ੍ਰੀਤ ਜੀ, ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ, ਜਿਵੇਂ ਅਸੀਂ ਗੁਰਦੁਆਰੇ ਆਪਣੇ ਨੰਬਰ 5 ਰੋਡ ਗੁਰਦੁਆਰੇ ਪੰਜਾਬੀ ਸ਼ੁਰੂ ਕੀਤੀ ਹੈ ਜੀ, ਕਿਉਂਕਿ ਉੱਥੇ ਸਕੂਲਾਂ ਵਿੱਚ ਅਸੀਂ ਮੈਂ ਸਾਰੇ ਕੋਸ਼ਿਸ਼ ਕੀਤੀ, ਲੇਕਿਨ ਇਨਫ ਬੱਚੇ ਨਾ ਸੀ ਇੱਕ ਕਲਾਸ ਵਿੱਚ ਜਾਂ ਦੋ ਕਲਾਸਾਂ ਵਿੱਚ। ਰਾਈਟ।
ਸੋ ਕਾਫੀ ਉੱਥੇ ਜਨਤਾ ਦਾ ਸੀਗਾ ਸਾਨੂੰ ਵੀ ਰਿਕੁਐਸਟ ਸੀਗੀ ਪੰਜਾਬੀ ਸ਼ੁਰੂ ਕਰੋ, ਅਸੀਂ ਚਾਹੁੰਦੇ ਹਾਂ ਬੱਚਿਆਂ ਨੂੰ। ਸੋ ਅਸੀਂ ਨੰਬਰ 5 ਰੋਡ ਗੁਰਦੁਆਰਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉੱਥੇ ਪੰਜਾਬੀ ਸ਼ੁਰੂ ਕੀਤੀ ਹੈ। ਹਰ ਸੰਡੇ ਕਲਾਸਾਂ ਲੱਗਦੀਆਂ ਪੰਜਾਬੀ ਦੀਆਂ, ਔਰ ਉਹਦੇ ਵਿੱਚ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੈਕਿੰਡ ਜਨਰੇਸ਼ਨ ਹੈ ਆਪਣੀ ਇੱਥੇ, ਬੱਚੇ ਜਿਹੜੇ ਇੱਥੇ ਦੇ ਜੰਮੇ ਪਲੇ ਆ, ਉਹ ਆਪਣੇ ਬੱਚਿਆਂ ਨੂੰ ਲਿਆਇਆ ਵੀ ਇਹ ਪੰਜਾਬੀ ਨਾਲ ਜੁੜਨ। ਸੋ ਉਹ ਬਹੁਤ ਹੀ ਸਾਨੂੰ ਖੁਸ਼ੀ ਦੀ ਗੱਲ ਹੈ। ਤਕਰੀਬਨ 100 ਦੇ ਕਰੀਬ ਹੈ ਸਾਡੇ ਬੱਚੇ ਉੱਥੇ ਪੰਜਾਬੀ ਜਿਹੜੇ ਪੜ੍ਹ ਰਹੇ ਆ, ਔਰ ਉਹ ਬੱਚੇ ਜਿਹੜੇ ਇੱਥੇ ਜੰਮੇ ਪਲੇ ਆ ਉਹਨਾਂ ਦੇ ਬੱਚੇ ਕਹਾਂ। ਸੋ ਇਹ ਬਹੁਤ ਸਾਨੂੰ ਖੁਸ਼ੀ ਦੀ ਗੱਲ ਆ ਕਿ ਬੱਚਿਆਂ 'ਚ ਕਾਫੀ ਅਵੇਅਰਨੈਸ ਹੋ ਰਹੀ ਆ, ਸਾਡੇ ਨੌਜਵਾਨ ਜਿਹੜੇ ਉਹ ਵੀ ਚਾਹੁੰਦੇ ਆ ਆਪਣੀ ਮਾਂ ਬੋਲੀ ਨਾਲ ਜੁੜਨਾ। ਕਈ ਮਾਪੇ ਜਿਹੜੇ ਹੈਗੇ ਨੇ ਉਹ ਡਬਲ ਮਾਈਂਡਡ ਹੋ ਜਾਂਦੇ ਨੇ ਕਿ ਫ੍ਰੈਂਚ ਕਰਵਾਈਏ ਜਾਂ ਪੰਜਾਬੀ ਕਰਵਾਈਏ, ਕਿਉਂਕਿ ਪੰਜਾਬੀ ਦੇ ਵਿੱਚ ਬਾਅਦ ਦੇ ਵਿੱਚ ਜਿਹੜੇ ਜੋਬਸ ਦੀ ਜਾਂ ਹੋਰ ਥਾਵਾਂ ਦੇ ਉੱਤੇ ਕੋਈ ਅਹਿਮੀਅਤ ਉਹ ਨਹੀਂ ਸਮਝਦੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿਉਂਕਿ ਉਹ ਕਈ ਵਾਰੀ ਗੱਲਬਾਤ ਵੀ ਹੁੰਦੀ ਹੈ, ਪੁੱਛਦੇ ਵੀ ਹੈਗੇ ਨੇ। ਸੋ ਉਹਦੇ ਹਿਸਾਬ ਨਾਲ ਜਿੱਥੇ ਫ੍ਰੈਂਚ ਦੀ ਆਪਣੀ ਅਹਿਮੀਅਤ ਹੈ, ਸੈਕਿੰਡ ਲੈਂਗੁਏਜ ਹੈ ਕੈਨੇਡਾ ਦੀ, ਬਿਲਕੁਲ ਸਿੱਖਣੀ ਚਾਹੀਦੀ ਹੈ। ਪਰ ਮਾਂ ਬੋਲੀ ਨਾਲ ਕਿਉਂ ਜੁੜਨ ਦੀ ਲੋੜ? ਹਾਂਜੀ, ਮਾਂ ਬੋਲੀ ਨਾਲ ਕਿਉਂਕਿ ਜਿਹੜਾ ਮਜ਼ਾ ਆਪਣੀ ਮਾਂ ਬੋਲੀ ਨਾਲ ਜੁੜਨ ਦਾ ਆ, ਉਹਦੇ ਨਾਲ ਦੀ ਰੀਸ ਨਹੀਂ ਹੈ। ਇਸ ਵੇਲੇ ਹਰਪ੍ਰੀਤ ਜੀ ਇਹਨਾਂ ਤਿੰਨਾਂ ਸੂਬਿਆਂ ਵਿੱਚ ਜਿਹੜੀ ਪੰਜਾਬੀ ਆਪਣੀ ਰੁਜ਼ਗਾਰ ਦੀ ਭਾਸ਼ਾ ਵੀ ਬਣ ਗਈ ਆ। ਇਕੱਲੀ ਸਰੀ ਵਿੱਚ ਹੀ ਘੱਟੋ ਘੱਟ 2000 ਤੋਂ ਵੀ ਜ਼ਿਆਦਾ ਜੋਬਸ ਐਸੀਆਂ ਜਿੱਥੇ ਪੰਜਾਬੀਆਂ ਦੀ ਲੋੜ ਆ, ਔਰ ਬੈਂਕਾਂ, ਕ੍ਰੈਡਿਟ ਯੂਨੀਅਨ, ਹੋਰ ਜਿਹੜੇ ਅਦਾਰੇ ਆ, ਸਿਟੀ ਹਾਲ ਵਗੈਰਾ ਆ, ਉੱਥੇ ਲੱਗੀਆਂ ਸਨ, ਅਸੀਂ ਪੰਜਾਬੀ ਬੋਲਦੇ ਹਾਂ। ਸੋ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਲਈ ਕਾਫੀ ਅਪਰਚੁਨਿਟੀਜ਼ ਆ, ਕਾਫੀ ਮੌਕੇ ਆ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਅਸੀਂ ਸਾਡਾ ਫ੍ਰੈਂਚ ਨਾਲ ਜਾਂ ਇੰਗਲਿਸ਼ ਨਾਲ ਕੋਈ ਜਿੱਦਾਂ ਕਾਨਫਲਿਕਟ ਨਹੀਂ ਜਾਂ ਕੋਈ ਪ੍ਰੋਬਲਮ ਨਹੀਂ ਉਹਨਾਂ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬੀ ਮਾਂ ਬੋਲੀ ਆ ਇਸ ਸਟੇਜ 'ਤੇ ਨਾ ਸਿੱਖੀ ਗਈ ਤਾਂ ਬੱਚੇ ਮਿਸ ਕਰਦੇ ਆ। ਹੁਣ ਬਹੁਤ ਸੋਹਣਾ ਮੌਕਾ ਸਿੱਖਣ ਦਾ, ਇਸ ਵੇਲੇ ਆਪਣੀ ਕਮਿਊਨਿਟੀ ਲਈ ਬਹੁਤ ਸੁਨਹਿਰੀ ਮੌਕਾ ਆ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਪੰਜਾਬੀ ਜ਼ਰੂਰ ਸਿੱਖੋ, ਠੀਕ ਆ, ਫ੍ਰੈਂਚ ਵੀ ਸਿੱਖੋ, ਇੰਗਲਿਸ਼ ਵੀ ਸਿੱਖੋ, ਇੰਗਲਿਸ਼ ਤਾਂ ਸਾਰੀ ਆਪਣੀ ਨੈਸ਼ਨਲ ਲੈਂਗੁਏਜ ਸਿੱਖਣੀ ਪੈਣੀ ਆ, ਕਿਉਂਕਿ ਸਾਰੀ ਆਪਣੀ ਆਲ ਓਵਰ ਨੈਸ਼ਨਲ ਇੰਟਰਨੈਸ਼ਨਲ ਲੈਂਗੁਏਜ ਹੈ। ਅਤੇ ਜਿੱਥੇ ਫ੍ਰੈਂਚ ਵੀ ਸਿੱਖ ਸਕਦੇ ਅਸੀਂ ਚਾਹੁੰਦੇ ਹਾਂ, ਕਿਉਂਕਿ ਜਿੰਨੀਆਂ ਵੀ ਜ਼ਬਾਨਾਂ ਆਉਂਦੀਆਂ ਹਰਪ੍ਰੀਤ ਜੀ ਉਹ ਬਹੁਤ ਚੰਗੀਆਂ, ਲੇਕਿਨ ਪੰਜਾਬੀ ਲਈ ਅਸੀਂ ਕਹਿੰਦੇ ਵੀ ਪੰਜਾਬੀ ਨੂੰ ਜ਼ਰੂਰ ਤੁਸੀਂ ਅਹਿਮੀਅਤ। ਠੀਕ, ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪ੍ਰੋਵਿੰਸ਼ੀਅਲ ਲੈਵਲ 'ਤੇ ਜਾਂ ਲੋਕਲ ਲੈਵਲ ਦੇ ਉੱਤੇ, ਮਿਊਨਸੀਪਲ ਲੈਵਲ ਦੇ ਉੱਤੇ ਪੰਜਾਬੀ ਦੀਆਂ ਹੁਣ ਲੋਕਾਂ ਨੂੰ ਜੋਬਸ ਵੀ ਮਿਲ ਰਹੀਆਂ ਹੈਗੀਆਂ, ਹੁਣ ਇਹ ਸੈਂਸਸ ਜਿਹੜਾ ਆਇਆ, ਹੁਣ ਤੁਹਾਡਾ ਨੈਕਸਟ ਸਟੈਪ ਲਈ ਵੱਲੋਂ ਕੀ ਹੋਏਗਾ ਕਿ ਫੈਡਰਲ ਲੈਵਲ ਦੇ ਉੱਤੇ ਵੀ ਕੀ ਤੁਸੀਂ ਇਸ ਵਾਰਤਾਲਾਪ ਨੂੰ ਸ਼ੁਰੂ ਕਰੋਗੇ ਕਿ ਹੁਣ ਰਿਜ਼ਰਵ ਕੀਤੀਆਂ ਜਾਣ ਜਾਂ ਕੋਈ ਇਹੋ ਜਿਹੀਆਂ ਪੋਸਟ ਹੋਣ ਜਿਹਦੇ 'ਚ ਕਿ ਪੰਜਾਬੀ ਵਾਲੇ ਜਿਹੜੇ ਲੋਕ ਸਿੱਖੇ ਹੋਏ ਨੇ ਉਹਨਾਂ ਨੂੰ ਅਬਜ਼ਰਵ ਕੀਤਾ ਜਾਏ? ਬਿਲਕੁਲ, ਅਸੀਂ ਇੱਕ ਹੋਰ ਸਾਡੀ ਮੁਹਿੰਮ, ਹਰਪ੍ਰੀਤ ਜੀ, ਅਸੀਂ ਮੀਡੀਆ ਦੇ ਤੁਹਾਡੇ ਬਹੁਤ ਧੰਨਵਾਦੀ ਹਾਂ, ਆਪਣੀ ਕਮਿਊਨਿਟੀ ਨੂੰ ਇੱਥੇ 125 ਸਾਲ ਆਇਆ ਨੂੰ ਹੋ ਗਿਆ, ਔਰ ਆਪਣੀ ਕਮਿਊਨਿਟੀ ਨੇ, ਪੰਜਾਬੀ ਕਮਿਊਨਿਟੀ ਨੇ ਬਹੁਤ ਯੋਗਦਾਨ ਪਾਇਆ ਕੈਨੇਡਾ ਦੀ ਡਿਵੈਲਪਮੈਂਟ ਵਿੱਚ, ਗਰੋਥ ਵਿੱਚ। ਲੇਕਿਨ ਆਪਣਾ ਹੁਣ ਧਰਮ ਕੈਨੇਡੀਅਨ ਧਰਮ ਆ, ਆਪਾਂ ਸਿੱਖਿਆ ਧਰਮ ਕੈਨੇਡੀਅਨ ਧਰਮ ਸਮਝਿਆ, ਆਪਣਾ ਖਾਣਾ ਕੈਨੇਡੀਅਨ ਸਮਝਿਆ ਜਾਂਦਾ, ਲੇਕਿਨ ਹਾਲੇ ਵੀ ਸਾਨੂੰ ਦੁੱਖ ਦੀ ਗੱਲ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਹਾਲੇ ਵੀ ਵਿਦੇਸ਼ੀ ਭਾਸ਼ਾ ਸਮਝਿਆ ਜਾਂਦਾ। ਸੋ ਅਸੀਂ ਆਪਣੇ ਜਿਹੜੇ ਇਲੈਕਟਿਡ MPs ਆ ਜਾਂ ਹੋਰ ਜਿਹੜੀ ਕਮਿਊਨਿਟੀ ਵੱਲੋਂ ਅਤੇ ਬਾਕੀ ਗੌਰਮੈਂਟ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੀ ਮਾਂ ਬੋਲੀ ਨੂੰ ਵੀ ਇੱਕ ਕੈਨੇਡੀਅਨ ਲੈਂਗੁਏਜ ਸਮਝਿਆ ਜਾਵੇ। ਇਹ ਨਹੀਂ ਕਿਉਂਕਿ ਜਿਹੜੀਆਂ ਦੋ ਅਫੀਸ਼ੀਅਲ ਲੈਂਗੁਏਜ ਉਹਨਾਂ ਨਾਲ ਸਾਡਾ ਕੋਈ ਕੁਐਸਚਨ ਨਹੀਂ, ਕੋਈ ਅਸੀਂ ਮੰਨਦੇ ਹਾਂ, ਸਤਿਕਾਰ ਕਰਦੇ ਹਾਂ, ਲੇਕਿਨ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬੀ ਨੂੰ ਇੱਕ ਵਿਦੇਸ਼ੀ ਭਾਸ਼ਾ ਦੀ ਬਜਾਏ ਇੱਕ ਕੈਨੇਡੀਅਨ ਭਾਸ਼ਾ ਸਮਝਿਆ ਜਾਵੇ, ਔਰ ਇਸ ਲਈ ਜਿੰਨੀ ਵੀ ਪ੍ਰਮੋਸ਼ਨ ਹੋ ਸਕਦੀ ਆ ਫੈਡਰਲ ਲੈਵਲ 'ਤੇ, ਪ੍ਰੋਵਿੰਸ਼ੀਅਲ ਲੈਵਲ 'ਤੇ ਕੀਤੀ ਜਾਵੇ। ਬਹੁਤ ਧੰਨਵਾਦ ਜੀ ਅਤੇ ਸ਼ੁਭਕਾਮਨਾਵਾਂ ਇੱਕ ਵਾਰੀ ਫਿਰ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ।